पंजाब दे विच लॉ एंड ऑर्डर दी स्थिति इस कदर खराब हुंदी होई नजर आ रही है। आए दिन मामले देखन नूं मिलदे ने किस तरीके दे नाल एक दूजे दे उपर लोग हथियारां दे नाल हमला करदे हुए नजर आउंदे ने। एक अजिहा ताज़ा मामला संगरूर दे धूरी तो सामने आ रहा है जिथे कि अणपछाते व्यक्तियों दे वल्लों घर दे विच वड़ के जिहड़ा नौजवानां ते हमला कर दिता गया। जी हाँ, बिल्कुल सही सुन रहे हो तुसीं, अणपछाते व्यक्ति जिहड़े ने घर दे अंदर दाखिल हुंदे ने, हथियारां समेत दाखिल हुंदे ने ते घर दे विच मौजूद नौजवानां ते हमला कर दिंदे ने। मिंटां सकिंटां दे विच उहनां नूं खूनों खून कर दिता जांदा है, गंभीर रूप विच जख्मी कर दिता जांदा है। माहौल इलाके का तनावपूर्ण देखने को मिलता है जदन पछाते व्यक्ति इन्हां नौजवानों उपर हमला करते सी। लेकिन हैरानी वाली गल इत्थे ये सामने आ रही है कि हाले तक कारण की है ये स्पष्ट नहीं हो पाया है कि आखिर अणपछाते व्यक्तियों के वलों क्यों ये सोची समझी वड्डी वारदात नूं अंजाम दिता गया। मृतक का एक व्यक्ति नूं जिहड़ा मृतक ऐलान कर दिता गया डॉक्टर के वलों इलाज दौरान, तो उत्थे ही होर दो व्यक्ति जिहड़े ने गंभीर रूप में जख्मी दसे जा रहे हैं जिन्हां की हालत काफ़ी ज़्यादा नाजुक बनी हुई है। परिवारक मैंबर जिहड़े ने पिता जिहड़ा दस रहा है कि उसनू नहीं पता सी कि उसके घर में की हो रहा है, सिर्फ और सिर्फ एक फोन आता है तो फोन दे विच कहा जाता है कि तुहाडा बच्चा जिहड़ा हस्पताल दाखिल करवाया गया। उस तो बाद मौत हुंदी है तो दो नौजवान जिहड़े ने हाले भी हालत काफ़ी ज़्यादा खराब जिहड़ी है दसी जा रही है। सो तुहानू तस्वीर दिखा रहे हैं कि किस तरीके नाल हस्पताल विच भी भीड़ इकट्ठी हुई है तो नौजवान की एक की मौत हो चुकी है तो दो नौजवान गंभीर रूप में जख्मी ने। सो पुलिस दे वल्लों भी जिहड़ा इस मामले दे विच कहा जा रहा है कि सीसीटीवी खंगाले जाणगे, सीसीटीवी खंगालन तो बाद व्यक्तियों की पहचान की जाएगी तो अणपछाते व्यक्तियों खिलाफ मामला दर्ज करके कार्रवाई भी जिहड़ी है शुरू की जाएगी। लेकिन पुलिस दे वल्लों ये भी जिहड़ा हुण देखण योग होवेगा, पुलिस ये खुलासे करती हुई नज़र आ सकती है जब अणपछाते व्यक्ति गिरफ्तार होणगे कि आखिर इन्नी वड्डी सोची समझी वारदात नूं अंजाम देण दा कारण की सी। ਅਤੇ ਕੌਣ ਬੰਦੇ ਆ? ਰਿੰਕੂ ਹੇੜੀਕੇ ਹੈ ਜਿਹਦੀ ਡੈਥ ਹੋ ਗਈ ਹੈ ਅਤੇ ਪਿੰਡ ਦੇ ਵਿੱਚ ਇਹਨਾਂ ਦੇ ਘਰ 'ਚ ਬੈਠਾ ਸੀ, ਦੋ ਮੁੰਡੇ ਨਾਲ ਹੋਰ ਸੀਗੇ ਅਤੇ ਕੁਛ ਬੰਦੇ ਸ਼ਖਸ ਜਿਹੜੇ ਅਨਨੋਨ ਨੇ ਹਾਲੇ ਤੱਕ ਉਹ ਬਾਹਰੋਂ ਆਏ। ਕੁਛ ਬੰਦਿਆਂ ਬਾਰੇ ਜਿਹੜੇ ਨਾਲ ਦੇ ਦੋ ਸਾਥੀ ਇੰਜਰਡ ਹੋਏ ਨੇ ਉਹ ਨਾਮ ਵੀ ਦੱਸ ਰਹੇ ਨੇ, ਅਸੀਂ ਉਹਨਾਂ ਸਾਰਿਆਂ ਨੂੰ ਵੈਰੀਫਾਈ ਕਰ ਰਹੇ ਹਾਂ ਹੁਣੇ। ਔਰ ਜੋ ਇਹ ਸ਼ਖਸ ਸੀਗਾ ਇਹਦੇ 'ਤੇ ਪਹਿਲਾਂ ਪ੍ਰੀਵੀਅਸ ਪਹਿਲਾਂ ਮੁਕੱਦਮੇ ਚੱਲਦੇ ਸੀ 3-4 ਜੋ ਮੇਰੇ ਨੌਲੇਜ 'ਚ ਹੈਗੇ ਨੇ ਸਾਰੇ, ਔਰ ਉਸ ਤਰੀਕੇ ਨਾਲ ਲੋਕਲ ਸੀਸੀਟੀਵੀ ਦੀ ਮਦਦ ਨਾਲ ਔਰ ਬਾਕੀ ਨਾਲ ਤਾਂ ਜਿਹੜੇ ਬੰਦੇ ਸਾਰੇ ਨੇ ਉਹ ਆਈਡੈਂਟੀਫਾਈ ਛੇਤੀ ਹੋ ਜਾਣਗੇ ਔਰ ਅਸੀਂ ਛੇਤੀ ਫੜ ਲਾਂਗੇ। ਕਿੰਨੇ ਕੁ ਬੰਦੇ ਨੇ ਭਾਜੀ? ਹਾਲੇ ਹੇਅਰੈਂਸ ਇਹ ਹੈ ਕਿ ਦੋ ਗੱਡੀਆਂ ਨੇ, ਕੋਈ ਕਹਿ ਰਿਹਾ 3 ਗੱਡੀਆਂ ਵੀ ਨੇ, ਬਟ ਅਸੀਂ ਉਹਨੂੰ ਵੈਰੀਫਾਈ ਕਰਾਂਗੇ ਕਿਉਂਕਿ ਸਾਰੀਆਂ ਚੀਜ਼ਾਂ ਪਿੰਡ 'ਚ ਕਾਫੀ ਸੀਸੀਟੀਵੀ ਲੱਗਾ ਹੋਇਆ ਔਰ ਹੋਰ ਵੀ ਹੈ, ਸਾਰੀ ਕਲੀਅਰ ਹੋ ਜੂਗੀ। ਹੱਤਿਆ ਕਾਹਦੇ ਨਾਲ ਕੀਤੀ ਗਈ ਹੈ ਜੀ? ਹੱਥੇ 'ਚ ਕੋਈ ਯੈਸ ਇਹਦੇ 'ਚ ਫਾਇਰਆਰਮ ਯੂਜ਼ ਹੋਇਆ ਜੀ ਹੱਤਿਆ 'ਚ, ਔਰ ਜਿਹੜੇ ਦੂਜੇ ਦੋ ਇੰਜਰਡ ਨੇ ਉਹਨਾਂ ਦੀਆਂ ਲੱਤਾਂ ਦੇ ਉੱਤੇ ਵੀ ਵਾਰ ਕੀਤੇ ਗਏ ਨੇ ਅਤੇ ਉਹ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ ਪੋਸਟਮਾਰਟਮ ਤੋਂ ਬਾਅਦ ਵੀ। ਔਰ ਜੋ ਮੋਟਾ ਮੋਟਾ ਲੱਗ ਰਿਹਾ ਫਾਇਰਮ ਇੰਜਰੀ ਦੇਖਣ ਨੂੰ ਲੱਗ ਰਹੀ। ਕੋਈ ਪਰਿਵਾਰਕ ਝਗੜਾ ਆਇਆ ਸਾਹਮਣੇ? ਕੁਛ ਇਹ ਵੀ ਹੈਗੀਆਂ ਗੱਲਾਂ ਕਿ 2-3 ਦਿਨ ਪਹਿਲਾਂ ਕੋਈ ਲੈਂਡ ਦੇ ਡਿਸਪਿਊਟ ਨੂੰ ਲੈ ਕੇ ਆਪਸ 'ਚ ਸ਼ਰੀਕੇ ਵਿੱਚ ਵੀ ਕਾਫੀ ਕੋਈ ਹੋਈ ਹੈ ਇਹਨਾਂ ਦੀ ਖਿੱਚਾ ਤੋਂ ਨਹੀਂ, ਉਹ ਚੀਜ਼ ਵੀ ਹੈਗੀ ਹੈ ਜੀ, ਉਸ ਐਂਗਲ ਨੂੰ ਵੀ ਦੇਖ ਰਹੇ ਹਾਂ। ਔਰ ਇਹਨਾਂ ਦੀ ਕੋਈ ਹੋਰ ਦੁਸ਼ਮਣੀ ਹੋਵੇ ਜਾਂ ਕਿਸੇ ਚੀਜ਼ ਦੀ ਹੋਰ ਸਾਹਮਣੇ ਚੀਜ਼ ਆਵੇ ਉਹਨੂੰ ਵੀ ਦੇਖਾਂਗੇ ਸਾਰੇ। ਇੱਕ ਪਾਰਟੀ ਕੱਲ ਇੱਕ ਬੰਦੇ ਦਾ ਨਾਮ ਵੀ ਆ ਰਿਹਾ ਸਾਹਮਣੇ ਉਹਦੇ। ਹਾਂ, ਇੱਕ ਬੰਦਾ ਵੀ ਇਹ ਬਾਰ ਬਾਰ ਇੱਕ ਬੰਦੇ ਨੂੰ ਜਿਹੜਾ ਬੰਦਾ ਹੁਣ ਇੰਜਰਡ ਹੋ ਗਿਆ ਉਹਨੇ ਇੱਕ ਬੰਦੇ ਨੂੰ ਦੱਸਿਆ ਕਿ ਫਲਾਣਾ ਬੰਦਾ ਸੀ ਅਤੇ ਉਹਦੇ ਨਾਲ ਬਾਕੀ ਸੀ, ਸ਼ਾਇਦ ਉਸੇ ਬੰਦੇ ਨਾਲ ਹੀ 2 ਦਿਨ ਪਹਿਲਾਂ ਇਹਨਾਂ ਦੀ ਆਪਸ 'ਚ ਕਹਿ ਸੁਣੀ ਵੀ ਹੋਈ ਆ। ਇਹ ਸਾਰੀਆਂ ਮੈਟਰ ਆਫ ਇਨਵੈਸਟੀਗੇਸ਼ਨ ਔਰ ਛੇਤੀ ਟ੍ਰੇਸ ਕਰ ਲਾਂਗੇ। ਠੀਕ ਹੈ ਜੀ, ਥੈਂਕ ਯੂ। 3 ਮਰੀਜ਼ ਆਏ ਨੇ ਕਾਫੀ ਬੁਰੀ ਹਾਲਤ ਦੇ ਵਿੱਚ ਨੇ, ਕੀ ਮਾਮਲਾ ਸਰ? ਇਹ ਕੋਈ 2 ਗੁੱਟਾਂ ਦੇ ਵਿੱਚ ਲੜਾਈ ਹੋਈ ਹੈ ਜੀ, ਹੇਰੀਕੇ ਪਿੰਡ ਦੇ ਵਿੱਚ, ਉੱਥੋਂ ਲੜਾਈ ਦੇ ਸਾਡੇ ਕੋਲ 3 ਮਰੀਜ਼ ਆਏ ਨੇ, ਜਿਹਦੇ ਵਿੱਚ ਇੱਕ ਬਰਾਊਨ ਡੈਡ ਆ ਸਾਡੇ ਕੋਲ ਅਤੇ ਜਿਹੜੇ 2 ਮਰੀਜ਼ ਨੇ ਉਹ ਦੌਰਾਨੇ ਇਲਾਜ ਨੇ ਅਤੇ ਉਹਨਾਂ ਦੇ ਦੋਨੋਂ ਰੈਫਰ ਕਰ ਰਹੇ ਸੀ। ਹਾਲਾਤ ਕੀ ਨੇ ਉਹਨਾਂ ਦੇ? ਹੁੰਦੇ ਉਹਨਾਂ ਦੋਨਾਂ ਦੀ ਹਾਲਤ ਹਾਲੇ ਨਾਜ਼ੁਕ ਹੈ, ਇਸ ਲਈ ਉਹਨਾਂ ਨੂੰ ਅੱਗੇ ਪਟਿਆਲਾ ਰੈਫਰ ਕਰ ਰਹੇ ਹਾਂ। ਪਹਿਲਾ ਮੌਕਾ ਦੇਖ ਕੇ ਕਿਸ ਤਰੀਕੇ ਦੀ ਲੜਾਈ ਲੱਗਦੀ ਹੈ ਵੀ ਲੋਕੀ ਲੱਗਦਾ? ਫਾਇਰਿੰਗ ਵਗੈਰਾ ਹਾਲੇ ਕੁਛ ਕਿਹਾ ਨਹੀਂ ਜਾ ਸਕਦਾ, ਸੱਟਾਂ ਕਾਫੀ ਜ਼ਿਆਦਾ ਨੇ ਅਤੇ ਹਾਲੇ ਉਹਨਾਂ ਦਾ ਮੁਆਇਨਾ ਚੱਲ ਰਿਹਾ ਅਤੇ ਉਹਨਾਂ ਦਾ ਪਰਚਾ ਕੱਟ ਦਿੱਤਾ ਗਿਆ ਅਤੇ ਪਰਚੇ ਦੇ ਬੇਸ ਦੇ ਵਿੱਚ ਬਾਕੀ ਅੱਗੇ ਡਾਕਟਰ ਸਾਹਿਬ ਆਪਣੀ ਓਪੀਨੀਅਨ ਦੇਣਗੇ ਵੀ ਇਹਦੇ ਕੀ ਲੱਗਿਆ ਕੀ ਨਹੀਂ ਲੱਗਿਆ। ਜਿਹੜੇ ਬਾਕੀ 2 ਨੇ ਉਹਨਾਂ ਦੇ ਵਿੱਚੋਂ ਵੀ ਇੱਕ ਗੰਭੀਰ ਦੱਸਿਆ ਜਾ ਰਿਹਾ? ਹਾਂ, ਉਹਨਾਂ 'ਚੋਂ ਵੀ ਇੱਕ ਗੰਭੀਰ ਹੈ, ਗੋਬਿੰਦ ਸਿੰਘ। ਠੀਕ ਹੈ। ਗੁਲਾਬ ਸਿੰਘ ਜੀ, ਗੁਲਾਬ ਜੀ ਕੀ ਹੋਇਆ ਜੀ ਤੁਹਾਡੇ ਜਿਹੜੇ ਨਾਲ? ਮੈਂ ਤਾਂ ਬਾਹਰੋਂ ਆਇਆ, ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ, ਮਗਰੋਂ ਵੱਢ ਵੱਢ ਗਏ ਆ ਕੇ ਜੀ। ਕੌਣ ਸੀ? ਮੈਂ ਤਾਂ ਜਾਣਦਾ ਵੀ ਨਹੀਂ ਸਰ ਕਿਸੇ ਨੂੰ।
ਕੰਮ ਵਾਲੇ ਬੰਦੇ ਆ ਜੀ ਮਤਲਬ ਖੇਤੀਬਾੜੀ ਦਾ ਗੱਡੀ ਚਲਾਉਣਾ ਹਾਂ ਜੀ ਬੇਟਾ ਜੀ ਕੀ ਗੱਲਬਾਤ ਹੋਈ ਪਤਾ ਹੀ ਨਹੀਂ ਸਰ ਮੈਂ ਤਾਂ ਬਾਹਰੋਂ ਆਇਆ ਗੱਲ ਕੋਈ ਗੱਲਬਾਤ ਨਾ ਸਾਨੂੰ ਦੱਸੇ ਸਾਨੂੰ ਇਹਨਾਂ ਨੇ ਫੋਨ ਕਰਕੇ ਦੱਸਿਆ ਵੀ ਸੰਗਰੂਰ ਆ ਜਾਓ ਵੀ ਅਸੀਂ ਛੋਟਾ ਬੇਟਾ ਦਾਖਲ ਕਰ ਰਹੇ ਹਾਂ ਅਸੀਂ ਭੱਜ ਕੇ ਆ ਜਾਓ ਮੈਂ ਉੱਥੋਂ ਭੱਜਿਆ ਸ਼ਕੀਰੀ 'ਚ ਗਿਆ ਹੋਇਆ ਸੀ ਹਾਂ ਕਿਸੇ ਦੇ ਘਰੇ ਸੀਗੇ ਜੇ ਰਿੰਕੂ ਜੀ ਸੀ ਉਹਦੇ ਘਰੇ ਬੈਠਾ ਸੀ ਹਾਂ ਦੋਸਤ ਹੈ ਸਰ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾਹ ਐਨਆਰਆਈ ਮੈਰਿਜ ਬਿਊਰੋ ਐਨਆਰਆਈ ਮੈਰਿਜ ਬਿਊਰੋ ਫਾਈਂਡ ਯੋਰ ਪਰਫੈਕਟ ਹਿਊਮਨ